ਸਿੱਖਿਆ ਵਿਭਾਗ ਦੇ ਇੱਕ ਅਹਿਮ ਉਪਰਾਲੇ ਤਹਿਤ ਅੱਜ ਉਹਨਾਂ ਨੌਜਵਾਨਾਂ ਨੂੰ ਆਜ਼ਾਦੀ ਮਿਲੀ ਹੈ ਜਿਹੜੇ ਕਿ ਕਿਸੇ ਟਾਈਮ ਆਪਣੇ ਮਾਤਾ ਪਿਤਾ ਆਪਣੇ ਭੈਣ ਭਰਾਵਾਂ 'ਤੇ ਨਿਰਭਰ ਰਹਿੰਦੇ ਸੀ। ਤਾਂ ਤਸਵੀਰਾਂ ਇੱਕ ਵਾਰ ਦਿਖਾਉਂਦੇ ਹਾਂ ਕਿ ਇਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਨੀਤੀਆਂ ਕਾਰਨ ਸੂਬਾ ਤਰੱਕੀਆਂ ਵੱਲ ਵੱਧ ਰਿਹਾ, ਜਿਸ ਕਾਰਨ ਪੰਜਾਬ 'ਚ ਨਿਵੇਸ਼ਕ ਦਿਲ ਖੋਲ ਕੇ ਨਿਵੇਸ਼ ਕਰ ਰਹੇ ਨੇ ਤੇ ਕਾਰੋਬਾਰ ਸਥਾਪਿਤ ਕਰ ਰਹੇ ਨੇ। ਪੰਜਾਬ ਸਰਕਾਰ ਦੇ ਇਨਵੈਸਟ ਪੰਜਾਬ ਅਧੀਨ ਜਿੱਥੇ ਨਿਵੇਸ਼ਕ ਸੂਬੇ 'ਚ ਵਾਪਸ ਆਏ ਨੇ, ਉੱਥੇ ਹੀ ਹੁਣ ਤੱਕ ਲਗਭਗ 74,447 ਕਰੋੜ ਰੁਪਏ ਦੇ ਪ੍ਰਸਤਾਵਿਤ ਨਿਵੇਸ਼ ਦੇ ਨਾਲ ਲੱਖਾਂ ਨੌਜਵਾਨਾਂ ਲਈ ਰੋਜ਼ਗਾਰ ਦੇ ਰਾਹ ਵੀ ਖੁੱਲੇ ਨੇ। ਮੇਰਾ ਨਾਮ ਤੁਸ਼ਾਰ ਜੈਨ ਹੈ, ਮੈਂ ਬਸੰਤ ਆਟੋਟੈਕ LLP ਦਾ CEO ਹਾਂ ਅਤੇ ਅਸੀਂ ਇਨਵੈਸਟ ਪੰਜਾਬ ਦੀ ਸਕੀਮ ਦਾ ਫਾਇਦਾ ਲੈਂਦੇ ਹੋਏ ਜਲੰਧਰ ਦੇ ਜੰਮੂ ਸਿੰਘੇ ਦੇ ਵਿੱਚ ਆਪਣਾ ਇਹ ਨਿਆ ਪਲਾਂਟ ਲਗਾਇਆ। ਇਨਵੈਸਟ ਪੰਜਾਬ ਤੋਂ ਸਾਨੂੰ ਸਭ ਤੋਂ ਸੌਖਾ ਕੰਮ ਜੋ ਹੋਇਆ ਹੈ ਉਹ ਇਹ ਕਿ ਜਦੋਂ ਅਸੀਂ ਐਪਲੀਕੇਸ਼ਨ ਲਗਾਉਣੀ ਅਤੇ ਨਾ ਤਾਂ ਸਾਨੂੰ ਕਿਸੇ ਏਜੰਟ ਕੋਲ ਜਾਣਾ ਪਿਆ, ਨਾ ਕਿਸੇ ਦਫ਼ਤਰ ਦੇ ਵਿੱਚ ਧੱਕੇ ਖਾਣੇ ਪਏ, ਸਗੋਂ ਸਾਡੀ ਬਹੁਤ ਹੈਲਪ ਜਿਹੜੀ ਹੈ ਉਹ DMDIC ਦੇ ਕੋਲੋਂ ਹੋਈ। ਪਰ ਅਸੀਂ ਔਨਲਾਈਨ ਆਪਣੀ ਕੋਮਨ ਐਪਲੀਕੇਸ਼ਨ ਫੋਰਮ ਆਪ ਫਿਲ ਕੀਤਾ। ਇਹਦਾ ਬੈਨੀਫਿਟ ਇਹ ਹੋਇਆ ਕਿ ਸਿਸਟਮ ਦੇ ਵਿੱਚ ਟ੍ਰਾਂਸਪੇਰੈਂਸੀ ਵੱਧ ਗਈ ਅਤੇ ਸਾਨੂੰ ਇਹ ਯੂਨਿਟ ਲਗਾਉਣ ਦੇ ਵਿੱਚ ਟਾਈਮ ਚਾਹੇ ਲੱਗਿਆ ਹੋਵੇ ਪਰ ਐਟਲੀਸਟ ਸਾਨੂੰ ਏਜੰਟਸ ਦੇ ਹੱਥਾਂ ਵਿੱਚ ਆ ਕੇ ਨਾ ਸਾਨੂੰ ਪੈਸੇ ਨਹੀਂ ਖਰਾਬ ਕਰਨੇ ਪੈਂਦੇ। ਇੰਨੇ ਨਹੀਂ, ਪੰਜਾਬ ਸਰਕਾਰ ਨੇ ਕਾਰੋਬਾਰ ਸ਼ੁਰੂ ਕਰਨ ਦੀ ਪ੍ਰਕਿਰਿਆ ਨੂੰ ਆਸਾਨ ਬਣਾ ਕੇ ਨਿਵੇਸ਼ਕਾਂ ਦੀਆਂ ਮੁਸ਼ਕਲਾਂ ਵੀ ਦੂਰ ਕੀਤੀਆਂ ਨੇ। ਉਹ ਡਿਸੇਬਲ ਜਿਹੜੇ ਬੱਚੇ ਨੇ ਜੋ ਪੰਜਾਬ ਦੇ ਤਮਾਮ ਜ਼ਿਲ੍ਹਿਆਂ ਦੇ ਵਿੱਚੋਂ ਅੱਜ ਮੋਹਾਲੀ ਪਹੁੰਚੇ ਨੇ, ਦੇਖ ਸਕਦੇ ਹੋ ਕਿ ਕਿੰਨਾ ਚਾਅ ਉਤਸ਼ਾਹ ਜਿਹੜਾ ਹੈਗਾ ਇਹਨਾਂ ਦੇ ਚਿਹਰਿਆਂ ਦੇ ਉੱਤੇ। ਕੀ ਨਾਮ ਹੈ ਤੁਹਾਡਾ ਜੀ? ਸਰ ਮੇਰਾ ਨਾਮ ਅੰਜੂ ਹੈ। ਠੀਕ ਹੈ ਜੀ, ਅਤੇ ਤੁਹਾਡਾ ਬੇਟਾ ਜੀ? ਹਾਂਜੀ ਸਰ, ਮੇਰਾ ਬੇਟਾ। ਇਹਨੂੰ ਅੱਜ ਮਿਲਿਆ ਕਿਵੇਂ ਦਾ ਅਹਿਸਾਸ ਹੋ ਰਿਹਾ? ਬਹੁਤ ਵਧੀਆ ਹੋਇਆ, ਬਹੁਤ ਦਿੱਕਤ ਆਉਂਦੀ ਸੀਗੀ। ਹਾਂਜੀ ਹਾਂਜੀ, ਸਰਕਾਰੀ ਸਕੂਲ 'ਚ ਸਰ ਪੜ੍ਹ ਰਿਹਾ ਹੈ 9 ਸਾਲ ਤੋਂ। ਅਸੀਂ ਰਾਜਪੁਰਾ ਸਰ। ਹਾਂਜੀ ਸਰ, ਹਾਂਜੀ। ਖੁਦ ਬ ਖੁਦ ਜਿਹੜਾ ਡਰਾਈਵ ਕਰਕੇ ਅੱਗੇ ਜਾਵੇਗਾ ਬੱਚਾ, ਅੱਛਾ ਲੱਗਿਆ, ਬਹੁਤ ਵਧੀਆ ਲੱਗਿਆ ਸਰ। ਕੀ ਕਹਿਣਾ ਚਾਹੋਗੇ, ਕਿਵੇਂ ਦਾ ਮਤਲਬ ਪਰਿਵਾਰਕ ਮਾਹੌਲ ਕਿੱਦਾਂ ਦਾ ਹੁੰਦਾ, ਕਿੰਨੀ ਕੁ ਖੁਸ਼ੀ ਹੁੰਦੀ ਹੈ? ਕਿਉਂਕਿ ਕਿਤੇ ਨਾ ਕਿਤੇ ਖੁਸ਼ੀ ਸ਼ਾਮਿਲ ਨਹੀਂ ਕਰ ਸਕਦੇ, ਕਿੰਨੀ ਖੁਸ਼ੀ ਆ। ਤਾਂ ਇਸੇ ਤਰੀਕੇ ਦੇ ਲਗਭਗ 40 ਵਿਦਿਆਰਥੀ ਜਿਹੜੇ ਹੋਰ ਨੇ ਜਿਨ੍ਹਾਂ ਦੇ ਮਾਤਾ ਪਿਤਾ ਭੈਣ ਭਰਾ ਉਹਨਾਂ ਨੂੰ ਸਕੂਲ ਤਾਂ ਛੱਡਣ ਜਾਂਦੇ ਸੀ ਪਹਿਲਾਂ, ਲੇਕਿਨ ਇਹ ਸਿੱਖਿਆ ਵਿਭਾਗ ਦਾ ਜਿਹੜਾ ਅਹਿਮ ਉਪਰਾਲਾ ਹੈ ਜਿਸ ਤੋਂ ਮਗਰੋਂ ਜੇਕਰ ਗੱਲ ਕੀਤੀ ਜਾਵੇ ਤਾਂ ਸਿੱਧੇ ਤੌਰ ਦੇ ਉੱਪਰ ਜਿਹੜੇ ਨੌਜਵਾਨ ਨੇ ਉਹ ਖੁਦ ਆਪਣਾ ਕੰਮ ਕਰ ਸਕਣ। ਕੀ ਤੁਹਾਡਾ ਨਾਮ ਕੀ ਹੈ ਜੀ? ਸਰ ਮੇਰਾ ਨਾਮ ਅਵਿਨਾਸ਼ ਹੈ। ਥੋੜ੍ਹਾ ਡਿਟੇਲ ਦੇ ਨਾਲ ਦੱਸੋ ਵੀ ਇਹ ਕੰਮ ਕਿਵੇਂ ਕਰਦਾ, ਕਿਵੇਂ ਤੁਸੀਂ? ਇਹ ਇੱਕ ਵੀਲਚੇਅਰ ਕਾ ਮੋਬਿਲਿਟੀ ਸਕੂਟਰ ਹੈ, ਜੈਸੇ ਕਿ ਆਪ ਇਨਕੋ ਦੇਖ ਰਹੇ ਹੈ ਵੀਲਚੇਅਰ ਪੇ ਹੈ। ਅਗਰ ਇਨਕੋ ਆਫਿਸ ਜਾਣਾ ਹੈ, ਸਕੂਲ ਜਾਣਾ ਹੈ, ਕੈਸੇ ਜਾਏਂਗੇ? ਅਭੀ ਕਿਸੀ ਪੇ ਡਿਪੈਂਡ ਹੋਣਾ ਪੜਤਾ ਹੈ, ਫਾਦਰ ਮਦਰ ਬ੍ਰਦਰ ਪੇ। ਬਟ ਇਸ ਵੀਲਚੇਅਰ ਕੇ ਸਾਥ ਇਹ ਵੀਲਚੇਅਰ ਕੋ ਇੱਕ ਸਕੂਟਰ ਕੀ ਤਰ੍ਹਾਂ ਬਣਾ ਸਕਤੇ ਹੈ, ਅਟੈਚ ਕਰਕੇ ਜਬ ਵੀ ਸਕੂਲ ਜਾਣਾ ਹੈ ਅਟੈਚ ਕਰ ਲਿਆ ਐਂਡ ਫਿਰ ਉਸਕੋ ਸਕੂਲ ਕੇ ਤਰਫ ਲੈ ਕੇ ਚਲੇ ਗਏ। ਥੋੜ੍ਹਾ ਸਾ ਪਿੱਛੇ ਹੋਗੇ, ਬਿਲਕੁਲ ਦੇਖੋ ਵੀ ਇਹ ਪਹਿਲਾਂ ਇੱਕ ਵੀਲਚੇਅਰ ਹੈਗੀ ਤਸਵੀਰਾਂ 'ਚ ਦੇਖੋ, ਫਿਰ ਉਸ ਤੋਂ ਬਾਅਦ ਇਸਨੂੰ ਇੱਕ ਬੈਟਰੀ ਨਾਲ ਕਨੈਕਟਡ ਕਰ ਦਿੱਤਾ ਜਾਂਦਾ ਔਰ ਬਾਅਦ ਵਿੱਚ ਜਿਹੜੀ ਵਾਪਸ ਗਰਾਰੀ ਜਿਹੜੀ ਹੈਗੀ ਆ ਉਸਨੂੰ ਅੱਗੇ ਲੈ ਕੇ ਜਾਂਦੀ। ਔਰ ਕਿਵੇਂ ਇਹ ਪੂਰਾ ਮੈਟਰ ਜਿਹੜਾ ਇਹ ਜੋ ਪਿੰਨ ਆਪ ਦੇਖ ਰਹੇ ਹੋ, ਇਹ ਪਿੰਨ ਇਸਕੇ ਅੰਦਰ ਆਏਗਾ ਔਰ ਇਹ ਡਬਲ ਲੌਕ ਹੋ ਜਾਏਗਾ। ਇਹ ਜਿਨਕੇ ਵੀ ਅਪਰ ਹੱਥ ਮੇਂ ਸਟੈਂਡ ਤੇ ਖੁਦ ਕਰ ਸਕਤੇ ਹੈ, ਥੋੜਾ ਪ੍ਰੈਕਟਿਸ ਚਾਹੀਏ ਬਟ ਸਿੱਖਣੇ ਕੇ ਬਾਅਦ ਕੋਈ ਵੀ ਖੁਦ ਸੇ ਕਰ ਸਕਤਾ ਹੈ। ਹਾਂਜੀ, ਇੱਕ ਵਾਰ ਕਰਕੇ ਜ਼ਰੂਰ ਦਿਖਾ ਦਿਓ। ਔਰ ਦੇਖੋ ਵੀ ਤਸਵੀਰਾਂ ਦੇ ਵਿੱਚ ਜਿਵੇਂ ਇਹ ਨੌਜਵਾਨ ਜਿਹੜੇ ਖੁਦ ਬ ਖੁਦ
ਤੁਸੀਂ ਇਹਨਾਂ ਦੇ ਨਾਲ ਆਏ ਹੋ ਜੀ? ਮੈਂ ਵੀ ਟੀਚਰ ਦਾ ਅਹਿਸਾਸ ਹੁੰਦਾ ਦੇਖ ਕੇ ਆਪਣੇ ਵਿਦਿਆਰਥੀਆਂ ਨੂੰ ਬਹੁਤ ਵਧੀਆ ਹੁੰਦਾ ਹੈਗਾ, ਬਹੁਤ ਵਧੀਆ ਹੁੰਦਾ ਹੈ ਇਸ ਤਰ੍ਹਾਂ ਦੇ ਬੱਚਿਆਂ ਨੂੰ ਉਹ ਕਰਨ ਦਾ ਵੀ ਇਹਨਾਂ ਨੂੰ ਵਧੀਆ ਆਉਣ ਜਾਣ ਦਾ ਮਿਲਣ ਦਾ ਬਹੁਤ ਵਧੀਆ ਹੁੰਦਾ ਹੈ। ਕਿਤਨਾ ਕਿਤੇ ਜ਼ਰੂਰਤ ਪੈਂਦੀ ਹੋਊਗੀ ਉਹਨਾਂ ਦੇ ਮਾਤਾ ਪਿਤਾ ਨਾਲ ਜਾਣ ਜਾਂ ਭੈਣ ਭਰਾ ਨਾਲ ਜਾਣ? ਹਾਂਜੀ ਹਾਂਜੀ, ਪਹਿਲਾਂ ਇਹ ਇਕੱਲੇ ਜਾਂਦੇ ਸੀ, ਪਹਿਲਾਂ ਇਹ ਘਰਾਂ ਵਿੱਚ ਰਹਿੰਦੇ ਸੀਗੇ, ਫਿਰ ਸਕੂਲ ਖੁੱਲ੍ਹ ਗਏ, ਸਕੂਲ ਖੁੱਲ੍ਹਣ ਤੋਂ ਇਹਨਾਂ ਨੂੰ ਬਹੁਤ ਮਤਲਬ ਕਿ ਬੈਨੀਫਿਟ ਹੋਇਆ, ਸਕੂਲ ਵਿੱਚ ਆ ਕੇ ਸਰਕਾਰੀ ਸਕੂਲਾਂ ਵਿੱਚ ਇਹਨਾਂ ਨੂੰ ਇਹ ਸਮਾਨ ਮਿਲਦਾ ਹੈਗਾ। ਅਤੇ ਇਹ ਫਿਰ ਅਵਿਨਾਸ਼ ਜੀ ਬੈਟਰੀ ਹੁੰਦੀ ਹੈ ਇਹਦੇ ਵਿੱਚ, ਬੈਟਰੀ ਥਰੂ ਵਰਕ ਕਰਦਾ ਸਰ? ਹਾਂ, ਇਹ ਲਿਥੀਅਮ ਆਇਨ ਬੈਟਰੀ ਸੇ ਹੀ ਕੰਮ ਕਰਦਾ ਹੈ ਸਰ। ਇੱਕ ਵਾਰ ਚਾਰਜ 'ਚ ਕਿੰਨੇ ਕਿਲੋਮੀਟਰ ਚੱਲਦੀ? 50 ਕਿਲੋਮੀਟਰ 50। ਓਕੇ, ਮਤਲਬ ਇਹ ਫਾਰਵਰਡ ਆ ਰਿਵਰਸ ਵੀ ਹੁੰਦਾ ਨਾਲ? ਹਾਂ, ਫਾਰਵਰਡ ਰਿਵਰਸ ਦੋਨੋਂ ਫੀਚਰ ਹੈ ਸਰ। ਜਿਹੜਾ ਇਹ ਉਪਰਾਲਾ ਸਿੱਖਿਆ ਵਿਭਾਗ ਵੱਲੋਂ ਕੀਤਾ ਗਿਆ, ਫਿਲਹਾਲ ਪਹਿਲਾਂ ਤੋਂ ਹੀ 50 ਵਿਦਿਆਰਥੀਆਂ ਨੂੰ ਦੇ ਦਿੱਤੀ ਗਈ ਸੀ, ਜਿਵੇਂ ਹਰਜੋਤ ਭੈਣ ਸੂਰਾ ਜੋ ਸਿੱਖਿਆ ਮੰਤਰੀ ਪੰਜਾਬ ਨੇ ਉਹਨਾਂ ਨੇ ਦੱਸਿਆ, ਔਰ 40 ਅੱਜ ਦਿੱਤੇ ਗਏ ਨੇ, ਔਰ ਹੋਰ ਟਾਰਗੇਟ ਜਿਹੜਾ ਹੈਗਾ ਉਹ ਲਗਾਤਾਰ ਕੰਪਨੀ ਜਿਹੜੀ ਬਣਾਉਂਦੀ ਰਹੇਗੀ ਔਰ ਬਾਅਦ ਦੇ ਵਿੱਚ ਵਿਦਿਆਰਥੀਆਂ ਨੂੰ ਇਹ ਲਗਾਤਾਰ ਦਿੱਤੇ ਜਾਣਗੇ। ਕੈਮਰਾ ਪਰਸਨ ਜਗਜੀਤ ਦੇ ਨਾਲ ਮਨਜੋਤ ਸਿੰਘ ਕੰਗ, ਦੈਨਿਕ ਸਵੇਰਾ ਟੀਵੀ, ਮੋਹਾਲੀ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।